ਤੇ ਅੱਜ ਆਪਾਂ ਗੱਲ ਕਰਦੇ ਹਾਂ ਰਾਖੀ ਸਾਵੰਤ ਦੀ, ਜਿਹਨੇ ਕਿ ਥੋੜ੍ਹੇ ਦਿਨ ਪਹਿਲਾਂ ਇੱਕ ਵੀਡੀਓ ਦੇ ਵਿੱਚ ਟਰੱਕ ਡਰਾਈਵਰਸ ਨੂੰ ਬਹੁਤ ਬੈੜ ਕਿਹਾ। ਰਾਖੀ ਸਾਵੰਤ ਪਤਾ ਨਹੀਂ ਕਿਹੜੇ ਟਰੱਕ ਡਰਾਈਵਰਾਂ ਦੀਆਂ ਗੱਲਾਂ ਕਰਦੀ ਹੈ, ਸਾਡੀ ਤਾਂ ਰਿਸ਼ਤੇਦਾਰੀ ਦੇ ਵਿੱਚ, ਫਰੈਂਡ ਸਰਕਲ ਦੇ ਵਿੱਚ ਅਤੇ ਫੈਮਿਲੀ ਦੇ ਵਿੱਚ ਵੀ ਬਥੇਰੇ ਟਰੱਕ ਚਲਾਉਣ ਵਾਲੇ ਆ, ਸਾਡਾ ਤਾਂ ਕਦੇ ਕੋਈ ਇੱਦਾਂ ਦਾ ਬੈਡ ਐਕਸਪੀਰੀਅੰਸ ਹੋਇਆ ਨਹੀਂ। ਇਹ ਪਤਾ ਨਹੀਂ ਕਿਹੜੇ ਟਰੱਕ ਡਰਾਈਵਰਾਂ ਦੀਆਂ ਗੱਲਾਂ ਕਰਦੀ ਆ। ਹਾਂ, ਹੋ ਸਕਦਾ 100 ਦੇ ਵਿੱਚੋਂ ਇੱਕ ਅੱਧਾ ਬੰਦਾ ਮਾੜਾ ਹੋ ਸਕਦਾ, ਪਰ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਸਾਰਿਆਂ ਨੂੰ ਮਾੜਾ ਕਹਿਣਾ ਸ਼ੁਰੂ ਕਰ ਦਈਏ, ਕਿਉਂਕਿ ਹਰੇਕ ਇੰਡਸਟਰੀ ਦੇ ਵਿੱਚ, ਹਰੇਕ ਡਿਪਾਰਟਮੈਂਟ ਦੇ ਵਿੱਚ ਬੰਦੇ ਚੰਗੇ ਵੀ ਹੁੰਦੇ ਆ ਅਤੇ ਮਾੜੇ ਵੀ ਹੁੰਦੇ ਆ। ਇਹਦਾ ਮਤਲਬ ਇਹ ਨਹੀਂ ਕਿ ਆਪਾਂ ਸਾਰਿਆਂ ਨੂੰ ਸੇਮ ਕਹਿਣਾ ਸ਼ੁਰੂ ਕਰ ਦਈਏ। ਬਾਕੀ ਬਾਹਰਲੀਆਂ ਕੰਟਰੀਜ਼ ਦੇ ਵਿੱਚ ਲੋਕ ਇੰਨਾ ਕੁ ਰਿਸਪੈਕਟ ਕਰਦੇ ਆ ਨਾ ਟਰੱਕਿੰਗ ਇੰਡਸਟਰੀ ਦਾ, ਟਰੱਕ ਡਰਾਈਵਰਸ ਦਾ, 95% ਕੁੜੀਆਂ ਦਾ ਸੁਪਨਾ ਹੁੰਦਾ ਕਿ ਸਾਡਾ ਹੋਣ ਵਾਲਾ ਹਸਬੈਂਡ ਟਰੱਕ ਚਲਾਉਂਦਾ ਹੋਵੇ। ਪਤਾ ਨਹੀਂ ਰਾਖੀ ਸਾਵੰਤ ਦੇ ਦਿਮਾਗ ਨੂੰ ਕੀ ਹੋਇਆ, ਇਹ ਚੱਕ ਕੇ ਟਰੱਕ ਡਰਾਈਵਰ ਇੱਦਾਂ ਹੁੰਦੇ ਆ, ਉੱਦਾਂ ਹੁੰਦੇ, ਇੱਦਾਂ ਹੁੰਦੇ ਕਹੀ ਜਾਂਦੀ ਆ। ਬਾਕੀ ਕਿਉਂ ਟਰੱਕ ਡਰਾਈਵਰਾਂ ਦੀ ਕੋਈ ਇੱਜ਼ਤ ਨਹੀਂ ਹੁੰਦੀ, ਉਹਨਾਂ ਦੀ ਕੋਈ ਫੈਮਿਲੀ ਨਹੀਂ ਹੁੰਦੀ? ਉਹਨਾਂ ਦੇ ਵੀ ਪਰਿਵਾਰ ਹੁੰਦੇ ਆ, ਉਹਨਾਂ ਦੀਆਂ ਵੀ ਫੈਮਿਲੀਜ਼ ਆ, ਉਹਨਾਂ ਦਾ ਵੀ ਰਿਸਪੈਕਟ ਆ। ਇਹ ਸਾਰਾ ਕੁਝ ਜੋ ਵੀ ਕੁਛ ਉਹਨੇ ਰਾਖੀ ਸਾਵੰਤ ਨੇ ਟਰੱਕ ਡਰਾਈਵਰਸ ਦੇ ਬਾਰੇ ਵਿੱਚ ਬੈਠ ਗਿਆ ਨਾ, ਇਹਨੂੰ ਲਾਈਵ ਹੋ ਕੇ ਮਾਫ਼ੀ ਮੰਗਣੀ ਚਾਹੀਦੀ ਹੈ ਟਰੱਕ ਡਰਾਈਵਰਸ ਤੋਂ, ਕਿਉਂਕਿ ਹੁਣ ਇਹ ਟਰੱਕ ਡਰਾਈਵਰਾਂ ਦੀ ਇੱਜ਼ਤ ਦਾ ਸਵਾਲ ਆ।